حسن سكرين ان شاء الله شكرا صلوا الله عليه وعلى ابائه في هذه الساعه وفي كل شيء وليا وحافظا وكائنا من المعصر دليلا وعينا من غدار تسكنه ورزقاته وانت وتمتعه فيها طريقا يا رب محمد وآل محمد وعجل فرجهم مصر مخرج صلوات اچھی صلوات أعوذ بالله من الشيطان الرجيم بسم الله الرحمن الرحيم صلوات الحمد لله صاحب دار والمیرا سیدنا و شفیعت مبنا محمد المصطفى واشرف الانبياء والمرسلين وجي صلوات دعا کرنا مالک کون و مکان بھائیوں نے محنت کوشش پوری بچھائی خرچ اخراجات نظر نیاز اپنی خصوصی بارگاہ وچ قبول فرمائے تو سے تمام عزت دار مومنین مومنات سادات غیر سادات دا دربار عالیہ جو رایا مالک قبول فرما خصوصی دعا ہے بھائی الطاف حسین میرالی صاحب دے بھانجے بیمار ہیں بیمار کر اللہ کا صدقہ مولا اس مومن نو شفا کلیہ دے کوئی مومن اس وقت تک موت نہ ویکھے جب تک وہ چوڑاں دا زوال خزانہ غیب جو مالک ہر مومن دی مدد فرماوے علی ولی اللہ پڑھن والے کسے دا موت حضرت ابو طالب دی عزت ماب حویلی وچ آمن والا ہر فرد معصوم ہے کیونکہ اے شعبان دا مہینہ ہے عزت والا مہینہ ہے اے وہ مہینہ ہے جن سید الانبیاء فرمایا کہ شعبان میں محمد دا وکھرا مہینہ ہے اس مہینے وچ ہر روز ساڈیاں عیداں میں اگے گزارش کردا کہ ساڈیاں عیداں دی تعداد کوئی نہیں لا تعداد عیداں ہیں شیعاں دی اے جڑا زمانہ دو عیداں کریندا ہے اے سیویں والی تے بکرے والی اے بھاؤ ہوراں دیاں بھائی اندازہ لاویں پورا سال
ਜਦਾਂ ਸਾਡੇ ਸਾਈਆਂ ਦੇ ਘਰ ਖੁਸ਼ੀ ਹੋ ਸੀ ਸਾਡੇ ਘਰ ਈਦ ਹੋ ਸੀ। ਯਕਮ ਸ਼ਾਬਾਨ ਆਲੀਆ ਹੁਸੈਨ ਦਾ ਦੋਹ, ਤ੍ਰੈ ਸ਼ਾਬਾਨ ਮੌਲਾ ਹੁਸੈਨ, ਚਾਰ ਸ਼ਾਬਾਨ ਵਫਾ ਦੇ ਖਾਲਿਕ, ਸੱਤ ਸ਼ਾਬਾਨ ਸ਼ਹਿਜ਼ਾਦਾ ਅਮੀਰ ਕਾਸਿਮ। ਜੇ 13 ਸਾਲਾਂ ਦੀ ਜ਼ਿੰਦਗੀ 'ਚ ਜਦਾਂ ਹੀ ਨਿੰਦਰ ਕੀਤੀ ਹੈ ਮਾਂ ਦੀ ਜੋਲੀ 'ਚ, ਔਰ 11 ਸ਼ਾਬਾਨ ਨੂੰ ਸ਼ਹਿਜ਼ਾਦਾ ਜਨਾਬ ਅਲੀ ਅਕਬਰ, 15 ਸ਼ਾਬਾਨ ਵਾਰਿਸ, 14 ਸ਼ਾਬਾਨ ਹਈ ਜ਼ੁਹਰੈਨ ਦੀ ਨਮਾਜ਼ ਪੜ੍ਹ ਕੇ ਮੌਲਾ ਇਮਾਮ ਹਸਨ ਅਸਕਰੀ ਅਲੈਹਿ ਸਲਾਮ ਦੀ ਪਾਕ ਖੁਫੀ ਜਨਾਬ ਹਕੀਮਾ ਖਾਤੂਨ ਬੀਬੀ ਭਤੀਜੇ ਦੇ ਘਰ ਆਈ। ਮਗਰੇ ਬਹਿਣ ਤੋਂ ਥੋੜ੍ਹਾ ਜਿਹਾ ਪਹਿਲੇ ਬੀਬੀ ਇਰਾਦਾ ਕੀਤਾ ਜੋ ਮੈਂ ਆਪਣੇ ਘਰ ਜਾਵਾਂ, ਮਗਰੇ ਬਹਿਣ ਦੀ ਤਿਆਰੀ ਕਰਾਂ। ਤੇਰੇ 11ਵੇਂ ਬਾਦਸ਼ਾਹ ਮੁਸਕਰਾ ਕੇ ਫਰਮਾਇਆ, ਫੁੱਫੀ ਅੱਜ ਰਾਤ ਤੁਸੀਂ ਘਰ ਨਹੀਂ ਜਾਣਾ। ਫਰਮਾਇਆ ਕਿਉਂ ਬਛੜਾ? ਅਮਾਂ ਅੱਜ ਰਾਤ ਦੇ ਕਹਿ ਵਕਤ 'ਚ ਅੱਲਾ ਦੀ ਆਖਰੀ ਹੁਜਤ ਦਾ ਜ਼ਹੂਰ ਹੈ। ਉਹ ਗੱਲ ਮੈਂ ਨਹੀਂ ਕੀਤੀ, ਮੈਨੂੰ ਆਪ ਨੂੰ ਲੁਤਫ ਨਹੀਂ ਆਇਆ। ਬਈ ਮਾਸੂਮ ਵਾਸਤੇ ਖੁਦਾ ਦੋ ਕਾਨੂੰਨ ਬਣਾਏ। ਪਹਿਲਾ ਕਾਨੂੰਨ, ਜਿਹੜੇ ਸ਼ਿਕਮ ਦੇ ਅੰਦਰ ਮਾਸੂਮ ਹੋਵੇ ਖੁਦਾ ਉਸਨੂੰ ਜ਼ਾਹਿਰ ਨਹੀਂ ਕਰਦਾ। ਮਾਂ ਨੂੰ ਵੀ ਪਤਾ ਨਹੀਂ ਆਉਂਦਾ ਜੋ ਮੇਰੇ ਸ਼ਿਕਮ ਦੇ ਅੰਦਰ ਬੱਚਾ ਹੈ ਜਾਂ ਨਹੀਂ। ਅਤੇ ਦੂਸਰਾ ਕਾਨੂੰਨ ਖੁਦਾ ਬਣਾਏ, ਮਾਸੂਮ ਨੂੰ ਅੱਲਾ ਦੁਨੀਆ 'ਤੇ ਭੇਜਿੰਦਾ ਹੀ ਉਸ ਵੇਲੇ ਜਿਹੜੇ ਵੇਲੇ ਉਸਦੀ ਮਾਂ ਹਾਲਤ ਦੇ ਨਮਾਜ਼ ਚੱਲਦਾ। ਤੋ ਮੌਲਾ ਦੀ ਗੱਲ ਸੁਣ ਕੇ ਬੀਬੀ ਹਕੀਮਾ ਖਾਤੂਨ ਨੇ ਡਿੱਠਾ ਜਨਾਬ ਨਰਜਿਸ ਖਾਤੂਨ ਤੋਂ ਕਿ ਇਹ ਮੈਂ ਕਿਆ ਸੁਣਦੀ ਪਈ ਹਾਂ, ਤਾਂ ਬੀਬੀ ਖੁਦ ਹੈਰਾਨ ਹੋ ਗਏ। ਬੀਬੀ ਤੇਰੀ ਇੱਜ਼ਤ ਦੀ ਕਸਮ, ਪਤਾ ਮੈਨੂੰ ਹੀ ਕੋਈ ਨਹੀਂ, ਮਗਰ ਚੂੰਕਿ ਵਕਤ ਦੇ ਇਮਾਮ ਦਾ ਹੁਕਮ ਹੈ, ਤੋ ਬੀਬੀ ਹਕੀਮਾ ਖਾਤੂਨ ਰਿਵਾਇਤ ਕਰਦੇ ਨੇ ਕਿ ਮਗਰੇ ਬੈਨ ਅਸਾਂ ਇਕੱਠੀ ਪੜ੍ਹੀ, ਫਿਰ ਰਾਤ ਗੁਜ਼ਰਨਾ ਸ਼ੁਰੂ ਹੋਈ, ਮੈਂ ਕੁਛ ਦੇਰ ਵਾਸਤੇ ਮਸਨਤ 'ਤੇ ਲੇਟੀ ਹਾਂ, ਉੱਠ ਕੇ ਡਿੱਠਾ ਤਾਂ ਜਨਾਬ ਨਰਜਿਸ ਤਸਵੀਰ ਖੁਦਾ 'ਚ ਮਸਰੂਫ ਹੈ। ਮੈਂ ਉਦੋਂ ਵਕਤ ਵੇਦੀ ਹੈਂ, ਉਦੋਂ ਨਰਜਿਸ ਵੇਦੀ ਹੈ। ਉਦੋਂ ਇਮਾਮ ਦਾ ਹੁਕਮ ਆਈ ਕਿ ਅੱਜ ਰਾਤ ਮਾਦੀ ਆਵਣਾ ਬੀਬੀ ਆਦੀ ਤਹੱਜਦ ਵੇਲੇ, ਮੈਂ ਤਹੱਜਦ ਪੜ੍ਹ ਕੇ ਮੁੜ ਕੇ ਡਿੱਠਾ ਤਾਂ ਬੀਬੀ ਤਹੱਜਦ ਵੀ ਪੜ੍ਹਦੇ ਹਾਂ। ਉਦੋਂ ਵਕਤ ਹੋ ਗਿਆ ਸੁਬਾਹ ਦਾ, ਮੈਂ ਦੋ ਰਕਾਤ ਸੁਨਤ ਦੋ ਰਕਾਤ ਫਰਜ਼ ਆਪਣੀ ਨਮਾਜ਼ ਪੜ੍ਹ ਕੇ ਬਸ ਮੈਂ ਹੈਰਾਨ ਬੈਠੀ ਹਾਂ ਕਿ ਵਾਰਿਸ ਜ਼ਮਾਨਾ ਦਾ ਹੁਕਮ ਹੀ ਕਾਇਨਾਤ ਬਦਲ ਸਕਦੀ ਹੈ। ਵਕਤ ਉਦੋਂ ਬੜਾ ਥੋੜ੍ਹਾ ਰਹਿ ਗਿਆ, ਦੀਨ ਚੜ੍ਹਨ ਵਾਲਾ, ਇਹ ਕਿਆ ਫਲਸਫਾ ਹੈ? ਬੀਬੀ ਆਦੀ ਮੈਂ ਡਿੱਠਾ ਤਾਂ ਜਨਾਬ ਨਰਜਿਸ ਖਾਤੂਨ ਨੇ ਦੋ ਰਕਾਤ ਸੁਨਤ ਦੇ ਬਾਅਦ ਫਰੀਦਾ ਸ਼ੁਰੂ ਕੀਤਾ। ਪਹਿਲੀ ਰਕਾਤ ਰਕੂ ਦੋ ਸਜਦੇ, ਦੂਸਰੀ ਰਕਾਤ ਰਕੂ ਇੱਕ ਸਜਦਾ, ਇਕੱਲਿਆਂ ਅਦਾ ਕੀਤਾ। ਜਿਹੜੇ ਵੇਲੇ ਦੂਸਰੇ ਸਜਦੇ ਵਾਸਤੇ ਬੀਬੀ ਸੱਤ ਸਜਦੇ 'ਚ ਰੱਖਿਆ, ਅਜਾ ਦਸਵੀਂ ਸਜਦੇ ਦੀ ਸ਼ੁਰੂ ਨਹੀਂ ਕੀਤੀ, ਜਾਂ ਪਾਸੇ ਨਾਲੋਂ ਵਾਰਿਸ ਦੀ ਮਾਸੂਮ ਆਵਾਜ਼ ਆਈ, ਸੁਭਾਨ ਰੱਬੀ ਅਲਾ। ਥੋੜ੍ਹਾ ਆਵਾਜ਼ ਹੋਰ ਦਿਓ ਜੀ, ਮਿਹਰਬਾਨੀ। ਮੌਲਾ ਨੇ ਹੱਥਾਂ 'ਤੇ ਚਾਇਆ, 11ਵੇਂ ਨੇ 12ਵੇਂ ਨੂੰ ਹੱਥਾਂ 'ਤੇ ਚਾਇਆ, ਸੀਨੇ ਨਾਲ ਲਾਇਆ, ਆਸਮਾਨ ਨੂੰ ਡਿੱਠਾ, ਮਾਲਿਕ ਤੇਰੇ ਕਰੋੜਾਂ ਹਮਦ ਤੇ ਇਮਾਮਤ ਵਾਲਾ ਸਿਲਸਿਲਾ ਪੂਰਾ ਕਰ ਦਿੱਤਾ, ਮੇਰਾ ਵਾਰਿਸ ਭੇਜ ਦਿੱਤਾ। ਅਚਾਨਕ ਬੀਬੀ ਰਿਵਾਇਤ ਕਰਦੇ, ਮੈਂ ਵੇਦੀ ਪਈ ਹਾਂ,
یا آسمان تو ایک پرندہ نازل ہویا، بہت اچے قد والا، بہت بڑا پرندہ، سفید رنگ دا، جڑا مولا حسن دے گھر آ تھا۔ اس اپنی زبان کوئی گل کیتی، مولا حسن عسکری نے مسکرا کے بادشاہ مہدی نو اس دی کنڈ تے رکھیا، اس اپنے ملائم پراں نو ان ولیٹیا جویں بندہ بستر ولیٹ چھوڑے، محفوظ کر کے بارویں نو لے کے آسمان والے پاسے چلا گیا۔ جناب نرجس خاتون ہاتھ جوڑے، مولا میرا ایڈا سونا پوتر کدے بھیجیا نے؟ فرمایا، اللہ فرمائے جو اس دنیا تے میں کوئی ایسا معلم نہیں بنایا جڑا میری حجتاں تعلیم دے، 90 دن واسطے تیرے پتر نو میں آسمان تے رکھنا چاہنا، علوم الہیہ دیواں تے بی بی دیاں اکھاں وس پیاں۔ مولا پوچھیا، رومن دا کیا مطلب؟ مولا، 3 مہینے میں پتر دی جدائی چ مر ویسا، کیا جملہ آکھ ہے مولا حسن عسکری نے؟ فرمایا، مہدی دی ماں تو رو نہیں، چلو وعدہ ہویا تھانج دے ویلے ایہو پرندہ تیرے پتر نو گھنی آسی واپس گھنی۔ میں دعا کردا ایران والیاں دے حق وچ، جنہاں مقامات مقدسہ نو 4 چاند لا دتے، اللہ انہاں نو ہور ترقی دےوے، دشمن دیوار تو محفوظ رہن۔ اج تو 10 سال پہلے جدوں میں پہلی دفعہ زیارات تے گیا، تو اس ویلے تھوڑا جیا وہ جگہ ہائی جتھوں پوڑیاں تو مومن لہندے ہیں، سرداب امام زمانہ سامرا، تو 10 سال پہلے کوئی نہیں گیا، مطلب بولے ہی نہیں، تو تقریباً 1.5-2 مرلے چو جگہ ہائی، تو ماشاء اللہ ہوں تقریباً 1.5 ایکڑ انہیں تلے سرداب بنا دیتا ہے، لکھاں زائرین جاون، کالینا اے سی چلتے پے، زائر اتنے ون کے سکون کرتے۔ یہ جڑی چھوٹی جگہ ہائی جتھوں تھوڑی جگہ، یہ وہ جگہ ہے جہدے وچ سوائے 11ویں امام دے اور بی بی نرجس خاتون دے کسے برادری دے بندے نوں پتہ کوئی نہیں۔ 6 سال اس سرداب جناب حکیمہ خاتون تیرے وارث زمانہ نوں پلے دی رہی، تو جڑے ویلے مولا دی شہادت ہوئی تو اس ویلے جنازے پڑھاون دے عین وقت وچ مولا اسے سرداب وچوں بہر ہے، 6 سال دی عمر اس سرکار نے بابے دا جنازہ پڑھایا، اسے سردار سرداب وچ رہ گئے۔ میں دعا کرنا کہ اسے ویلے دا صدقہ مولا جلدی جلدی تھوڑا ظہور ہو، تاکہ حق و باطل دا فیصلہ ہوئے، زمانہ کتھوں دا کتھے پہنچ گیا، سائیں دی کچہری لگے، مولا دے قانون ہوئے، شریعت محمدی ہوئے، علی ولی اللہ ہر جگہ تے پڑھی نہ پیو، پتہ لگے جو وارث دی شاہی، ماشاءاللہ۔ قصیدہ پڑھدا، پڑھیے قصیدہ، سارے نہیں یاد ہے بابا، قصیدے علی سلوان، او نہیں وہ بھائی وہ پڑھی گیا، قصیدے نے ساڑھے کو ڈھیر سارے، ہوں یہ فیصلہ نہیں کر سکتے بھائی کہڑا پڑھی، اور میں آپ تو کاپی کھول دے جڑا جڑا اگو ہم بشاک 8 سے پڑھی، جڑی اگاں سمجھ لس پڑھنی آئی وہ اللہ کی تو ختم ہو گئی، پرباش ہو گئی، تو وہ صدیقی صاحب سن لیٹ کر دیتا، چلو یہ ہے تو کوئی 7-8 قصیدے پڑھ لیں گے، اچھی سلوات پڑھوا لیں گے، اے مجلس ماتم ذکر علی، 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 سد کر علی سد زندگی دا سر مایا ہے مت
तेरा साउंड मजा नहीं करेंदा, खुशी को दे सुन। जेड़े बंदे डायरेक्ट साइया जाए बनना चाहते हैं उतम इंदन कोड़े मुंह वाले जे ऐसा इबादत करी ऐसा ही साइया जाए हो सकते हैं। तुर जा हेला तू साइया नु छोड़ जा कंबर दिया इंसान में काय कोई मिला वेच सलमान हर मर के पड़े ने खलो शेर पूरा करना चाहना जा कंबर दिया इंसान में काय कोई मिला वेच सलमान में का मस्तूर विखा कोई फिजा नहीं बंदे परेशान क्यों उन्हें क्या परेशान न होविए तो मरिए के करिए। ये जड़े शिया मजलिस होवे चार दिन दी ए चार दिन मजलिस चरांदे करोड़ों के घर लखां दे माल ना इन्हां नूं घर की फिक्र ना इन्हां नूं रोजी की फिक्र चार दिन मजलिस दे विच रहंदे पता नहीं इतने बेखौफ क्यों हैं ए इतने परेशान क्यों नहीं होंदे। तो मैं जवाब दिता है साडे साथ दे नाले मैं अमल दसे असा बेफिकर क्यों सदीकी साहब का हुक्म है। एक कसीदा मैं बारहवीं बादशाह का पढ़िया वो कसीदा पढ़ो ते वो कसीदा पढ़ते हैं वत मैं अपनी मर्जी का पढ़ सा मुड़ पढ़ सा वत पढ़ सा मुड़ पढ़ सा हाँ तैनू गाजी रंग ला है मेरा दीन ते ईमान मौला आ जल दे मेरा दीन ते ईमान मौला आ जल दे माशाल्लाह माशाल्लाह जीवे जीवे बहुत बोले हो हाथ उठे करो सारे हैदरी आओ बाबा जी बिस्मिल्लाह उतर आ जाओ जो हवा से आ जाओ तवज्जो कर लिए तेरी चौखट दे झाड़ू मरदा
ਇਹ ਲਿਸੇ ਲਿਸੇ ਨਾਰਿਆਂ ਦੀ ਮਿੰਟ ਜ਼ਰੂਰਤ ਹੈ ਕੋਈ ਨਾ, ਕਿਉਂਕਿ ਇਹ ਜਿਹੜੇ ਨਾਰੇ ਤੁਸੀਂ ਮੈਂ ਸਤਰ ਪੜ੍ਹਦਾ ਬਾਬਾ ਜੀ, ਮੈਂ ਸਤਰ ਪੜ੍ਹਦਾ। ਅੱਜ ਦੇ ਬਾਅਦ ਮੈਂ ਮੁਲਤਾਨ ਸ਼ਹਿਰ ਵਿੱਚ ਕਿਸੇ ਮਿੰਬਰ 'ਤੇ ਨਾ ਸਾਂ, ਜਿਹੜੇ ਬੰਦੇ ਨਹੀਂ ਬੋਲੇ ਉਹ ਨਾ ਬੋਲੇ। ਜਿਹੜੇ ਵੇਲੇ ਸਾਈਂ ਦਾ ਜ਼ਹੂਰ ਸੀ ਮਿੰਬਰ 'ਤੇ ਆ ਸੀ 12ਵਾਂ ਸਰਦਾਰ, ਅੱਗੋਂ ਸਾਰੀ ਰਈਅਤ ਹੋ ਸੀ, ਸਲਮਾਨ ਮੁਹੰਮਦੀ ਦਾ ਆਪਣੀ ਡਿਊਟੀ ਆਉਣੀ ਹੈ ਸਾਡੇ ਕੋਲੋਂ ਨਹੀਂ, ਉਹ ਦੂਰ ਦੂਰ ਸਲਮਾਨ ਵੇ ਸੀ, 650 ਸਾਲ ਦਾ ਸਲਮਾਨ ਮੁਕਰਵਾ ਦੀ ਕਬਰ 'ਤੇ ਵੇ ਸੀ, ਜਿਹੜੇ ਮੁਕਰਵਾ ਦਿਨ 12ਵਾਂ ਇਮਾਮ ਹੀ ਕੋਈ ਨਹੀਂ, ਸ਼ੀਆ ਝੂਠ ਬੋਲੇ ਨੇ, ਸਾਡਾ ਕੋਈ ਇਮਾਮ ਨਹੀਂ, 12ਵਾਂ ਹੈ ਵੀ ਕੋਈ ਨਾ, ਉਹਨਾਂ ਮੁਕਰਵਾ ਦੀ ਕਬਰ 'ਤੇ ਬਣ ਕੇ ਸਲਮਾਨ ਪੈਰ ਦਾ ਥੁੱਡਾ ਮਾਰ ਗਿਆ ਸੀ। ਸੁਣ ਕਮੀ ਦਾ ਮਖਲੂਕ ਹੱਕ ਦਾ ਚੈਨ ਆ ਗਿਆ, ਉੱਠੀ ਵੇਖ ਦੁਨੀਆ ਦੇ ਵਲ ਹੁਸੈਨ ਆ ਗਿਆ। ਇਹ ਮਿਆਰ ਹੈ ਤੇਰਾ, ਕਿ ਸਾਨੂੰ ਹੁਸੈਨ ਦੀ ਖਾਲੀ ਵਾਲੀ ਮਾਂ ਦਾ ਇੱਕ ਵੇਣ ਪੜਾਉਣ। ਲੋਕ ਆ ਦਿਨ ਰਾਜ਼ੀ ਗਈਏ, ਇਹ ਰਾਜ਼ੀ ਗਈਏ ਜਿਹੜੀ ਮਾਂ ਨੂੰ ਪਤਾ ਲੱਗ ਜਾਵੇ ਉਹਨਾਂ ਨੂੰ ਬਚਦੀ ਨਹੀਂ, ਤਵਾ ਤੋਂ ਘਰ ਵਾਲਿਆਂ ਨੂੰ ਛੱਡ ਕੇ ਵਸੀਤਾਂ ਕਰਦੀ ਕਰਦੀਆਂ। ਆ ਮੈਂ ਸ਼ਬੀਰ ਦੀ ਮਾਂ ਦੀਆਂ ਵਸੀਤਾਂ ਪੜ੍ਹਦਾ, ਇਨਸਾਫ ਕਰੇ ਰਾਜ਼ੀ ਗਈਏ ਜਾਂ ਰੋਂਦੀ ਗਈ। ਯਾ ਅਲੀ ਮੇਰਾ ਜਨਾਜ਼ਾ ਧੀਰਾ ਤੂੰ ਜਾਵੇਂ, ਉਹ ਬੰਦੇ ਮੇਰੇ ਦੇ ਨਾਲ ਜਨਾਵੇਂ ਜਿਹਨਾਂ ਮੈਨੂੰ ਖਾਲੀ ਮਨਾਏ, ਬਲਕਿ ਇੰਝ ਪੜਾ ਰੋ ਕੇ ਪਈਆਂ ਦੀ ਉਹ ਬੰਦੇ ਮੇਰੇ ਦਿਨਾਂ ਵਿੱਚ ਨਾਵੇਂ ਜਿਹਨਾਂ ਘਰ ਆ ਕੇ ਮੈਂ ਗੁਮਾਰ ਆਏ
اگلے دن ایک ذاکر جملہ پڑھا بڑا مینو چنگا لگیا ہے بابا جی، اس پڑھا جو بی بی آکھیا ہر رات میری قبر تے قرآن پڑھے، قرآن بہانہ ہائی اصل علی پہرا دیندا ہے، ہائے حسنین نانے دی قبر تے دعا کرو، ہکو وین جو پڑھنا ہکو وین، نانے دسیا ماں تو مر گئی نے، واپس آمن تا فضا دروازے تے رونی بیٹھی، فضا ساڈی ماں دیا دی اندر آرام بھی کر دیے، کھانا کھو کھانے دا نام ہے حسین، دعوت کیا دے زندگی گزاری سو جان میں حسین، فضا نہ لگا سانو نانے دسے ساڈی ماں مر گئی ہے، دروازہ کھول حسین دے دروازہ کھول، فضا دیا اکھاں پیا وسدیا شکیرا دے آخر وجہ کیا ہے، ماں ساڈی اے دروازہ تو نہیں کھلے دی، اج اے میری کیا ستارویں قدم دے گیا حسن بھرا دا ہتھ نہ پے، دشمن زمانہ ایڈی لہدا پیا راتی کی دے ویسے، حسین دا تو ہی تھائی رو میں گھر تو بیر بیٹی دے بے کرو سا، جدا دروازہ کھل جاوے اندر لگ جاوے اما دے گل جبہ ما جبہ، حکما کے بج دے گھوڑے تو لہنا لا پتر پیا دا وی، دروازہ جو نہیں پئی کھلے دی اللہ دے با ختم ہوگی نوکری نہیں پڑھدا غسل جنازہ، بس جنت البقیہ چ آ کے دفن کی ترس، بڑا رونا ہے علی، جبرائیل آ گیا یا علی اللہ دے اتنا نہ رو، میرے حوراں دے بال کھل گئے، ملائکہ تو تسبیح ڈھائے پئی ان، فرمائیں میں نہ رواں اج ہی میں نہ رواں، بھائی علی دا رونا کوئی سوکھا تھا نہیں، علی روے تو کائنات برباد ہو جاؤ، اسے واسطے تیرے چھویں امام کو ایک مومن پوچھا مولا کربلا چ بڑے ظلم ہوئے، پر میں بہت ظلم ہوئے مولا، اسا سنیا ہے ماما دے سامنے پتر مری دے رہے ماتم کر کے تیرے سادے کی ماما کیا کربلا چ ماما دے سامنے پتر مری دے رہے، مدینے پتران دے سامنے ماں مری دے رہے، اجائی علی نہ روے، ادھی رات ویلے دفن کر کے، چونکہ نصیب دا بادشاہ ذاکر بھائی بابا غیور صاحب پیچھو تشریف لائے، اس واسطے میں بالکل تھوڑا نصیب اس واسطے پڑھے ہکو وین کردا، ادھی رات ویلے جنت البقیہ چو روندا ٹرے علی، ایسی بنیاد انہاں ظالما رکھیے جو اج تک مومن ودے روندے گلیندن حسین دی ماں دی قبر دی گل، اتنا ڈرایا ہے رسول دی آل نو مسلمانا، کسے معصومی یقین نال نہیں آکھیا جو کتھے قبر زالی لاگی دی، ہر معصوم آکھیا ہے بھائی راز ہے اس نو راز رہنڈے گو، اے بارہ آسی تا دادی دی قبر دے پیرانے پاسے پیشانی رکھ کے آکھ سی قبر اچھ بھائی راز میرا پتر آ گیا ہے، ہاتھ چاہو سارے دعا دے ہاتھ چاہو، میرا اللہ اس سینڈ زخمی پاسے دواس دی، کہ زمانے چشالا او ماں نہ مرے جیسے چھوٹے چھوٹے بال ہو، یہ دعا منگنی چاہی دیئے، میں اپنے گھر دو دفعہ میں یہ حالات ویکھن بابا جی، نکے نکے بال ماں دا جنازہ، رون والیاں مستوراں دے مرد، موئی ماں دے بال کدی ماں دا میت ویکھن، کدی رو جڑے ویلے کا ماں دا جنازہ اٹھتا ہے نا، او کیفیت بچیاں دی، تے جدا دفن کر کے واپس آنے تے انہاں بچیاں دے ماں دے باپ جڑی پہلی رات لاندی ہے، ملتان والے مینو واضح دی قسم ہے ماں بڑی یاد آتی ہے جدا بچیاں دے سمن دا ویلا ہو گیا، چونکہ ماں بچیاں دے مزاج تو واقف ہوندی ہے نا،
ਮੇਰਾ ਇਹ ਬੱਚਾ ਇਹ ਸਮਝਦਾ ਹੈ ਹੁਣ ਮਾਂ ਤਾਂ ਹੋਣੀ ਕੋਈ ਨਹੀਂ, ਉਹ ਬੱਚੇ ਤੁਰ ਤੁਰ ਰਿਸ਼ਤੇਦਾਰਾਂ ਦਾ ਮੂੰਹ ਵੇਖਦੇ, ਚਾਚੀਆਂ ਫੁੱਫੀਆਂ ਮਾਸੀਆਂ, ਕੋਈ ਵਾਰਿਸ ਬਣ ਜਾਵੇ ਤਾਂ ਠੀਕ, ਕੋਈ ਵਾਰਿਸ ਨਾ ਬਣੇ ਤਾਂ ਉਹਨਾਂ ਬੱਚਿਆਂ ਨੂੰ ਘਰੇ ਜਿੱਥੇ ਜਾ ਮਿਲੇ ਅਗਰ ਕਿਸੇ ਬੰਦੇ ਹਾਈ ਵੀ ਕੀਤੀ ਤਾਂ ਸਹਿਣ ਦਾ ਵਾਸਤੇ ਮੈਨੂੰ ਦੱਸ ਚੌਖੇ ਬਿਰਾ ਹੈ ਗੁਜ਼ਾਰਾ ਦੇ, ਚੌਖੀਆਂ ਬਹਿਣਾ ਹੈ ਬਤੂਲ ਦੀਆਂ ਜਿਹੜੀਆਂ ਬਤੂਲ ਦੀ ਔਲਾਦ ਨੂੰ ਤਸੱਲੀ ਦੇਵੇ ਨਾ, ਅੱਧੀ ਰਾਤ ਵੇਲੇ ਜੋ ਮੌਲਾ ਘਰ ਰਹੇ ਤੇ ਫਿਜ਼ਾ ਰੋਣੀ ਬੈਠੀ ਹੈ ਬਾਲ ਨਜ਼ਰ ਨਹੀਂ ਆਏ, ਮੌਲਾ ਤਾਂ ਜਲਦੀ ਨਾਲ ਮੁਸੱਲਾ ਪਾਇਆ ਤਹਜਦ ਪੜਾ, ਅਜਾ ਤਹਜਦ ਸ਼ੁਰੂ ਨਹੀਂ ਕੀਤੀ, ਫਿਜ਼ਾ ਐਡਾ ਵੱਡਾ ਵਹਿਣ ਕੀਤਾ ਅੱਲਾਹ ਦਾ ਅਰਸ਼ ਆ ਗਿਆ ਸੁਣਾਓ ਯਾਰ